ਅਸਲਾਮ ਅਲੈਕਮ ਦੋਸਤੋ ਵੀਰੋ ਸੱਜਣੋ, ਕੀ ਹਾਲ ਹੈ ਤੁਹਾਡਾ? ਭਰਾ ਇਜਾਜ਼ ਤਾਰੜ, ਤੁਸੀਂ ਵੇਖ ਜੇ ਤਾਰੜ ਐਗਰੀ ਚੈਨਲ। ਅੱਜ ਅਸੀਂ ਸੰਦੀਲਿਆਂ ਵਾਲੀ ਦੇ ਵਿੱਚ ਖੜ੍ਹੇ ਹਾਂ। ਮਸ਼ੀਨਾਂ ਇੱਥੇ ਚੱਲ ਰਹੀਆਂ ਨੇ, ਆਖਰੀ ਦਿਨ ਨੇ ਸੀਜ਼ਨ ਦੇ। ਇੱਥੇ ਸਾਡੇ ਭਰਾ ਆਏ ਨੇ ਗੁਜਰਾਤ ਤੋਂ, ਹਫਜ਼ਾਬਾਦ ਤੋਂ, ਮੀਆਂਵਾਲੀ ਤੋਂ, ਕਿਹੜਾ ਕਿਹੜਾ ਇਲਾਕਾ ਇਹਨਾਂ ਦਾ। ਅਤੇ ਮਸ਼ੀਨ ਵੀ ਤੁਹਾਨੂੰ ਵਿਖਾਉਂਦੇ ਹਾਂ ਕਿ ਗੋਦਰੀਆਂ 'ਚ ਲਾਲ ਸਿਆਪੇ ਜਾਂਦੇ ਨੇ, ਮਾੜੀ ਸ਼ਾਇਦ ਦੂਰੋਂ ਨਜ਼ਰ ਆ ਜਾਂਦੀ ਹੈ। ਕੀ ਪੋਜੀਸ਼ਨ ਹੈ ਮਸ਼ੀਨ ਦੀ, ਕਿਹੜਾ ਮਾਡਲ ਹੈ, ਕੀ ਸੁਰਤ ਹਾਲ ਹੈ, ਭਾਈ ਨਾਲ ਗੱਲ ਕਰਨੇ ਆ। ਉਸ ਤੋਂ ਬਾਅਦ ਅਸੀਂ ਚੱਲੇ ਹਾਂ ਦੂਸਰੀ ਮਸ਼ੀਨ ਆਪਣੀ, ਤਾਂ ਟਰੈਕਰ ਲੱਗ ਰਿਹਾ। ਉਸ ਟਰੈਕਰ ਦੀ ਵੀਡੀਓ ਪਾਵਾਂਗੇ। ਉਮੀਦ ਹੈ ਕਿ ਪਾਕਿਸਤਾਨ ਦੇ ਜਿੰਨੇ ਵੀ ਯੂਟਿਊਬ ਆਪਣਾ ਮਸ਼ੀਨ ਮਾਲਕਾਨ ਨੇ, ਉਹ ਟਰੈਕਰ ਜ਼ਰੂਰ ਲਵਾਉਣ ਦੇ, ਕਿਉਂਕਿ ਬਹੁਤ ਅੱਛੀ ਚੀਜ਼ ਦੇ। ਉਹਦਾ ਤਜਰਬਾ ਕਰਕੇ ਤੁਹਾਨੂੰ ਗੱਲ ਦੱਸਾਂਗੇ। ਭਾਈ ਜਾਨ, ਕਿਹੜਾ ਇਲਾਕਾ ਆਪਣਾ ਜੀ? ਮੀਆਂਵਾਲੀ ਜੀ। ਤੁਸੀਂ ਮੀਆਂਵਾਲੀ ਦਾ ਜੀ? ਜੀ ਜੀ। ਮਸ਼ੀਨ ਕਿਹੜੇ ਇਲਾਕੇ ਦੀ ਹੈ ਜੀ? ਮਸ਼ੀਨ ਵੀ ਮੀਆਂਵਾਲੀ ਦੀ। ਮਸ਼ੀਨ ਵੀ ਮੀਆਂਵਾਲੀ ਦੀ ਹੈ? ਜੀ ਜੀ। ਨਾਲੇ ਕਹਿ ਰਹੇ ਸੀ ਕੋਲੂ ਤਾਰੜ ਦੀ ਹੈ ਜੀ? ਨਹੀਂ, ਕੋਲੂ ਤਾਰੜ ਦਾ ਡਰਾਈਵਰ ਹੈ। ਅੱਛਾ, ਕੋਲੂ ਤਾਰੜ ਦਾ ਡਰਾਈਵਰ ਨੇ, ਮਸ਼ੀਨ ਮੀਆਂਵਾਲੀ ਦੀ ਹੈ। ਅੱਛਾ ਅੱਛਾ, ਮੈਂ ਸਮਝਿਆ ਸ਼ਾਇਦ ਇਸ ਇਲਾਕੇ ਦੀ ਹੈ। ਬੜੀ ਦੂਰ ਤੋਂ ਮਾਰ ਕੀਤੀ ਜੀ ਇਸ ਇਲਾਕੇ ਨੂੰ। ਜੀ ਜੀ। ਤੇ ਮੀਆਂਵਾਲੀ ਸਾਡੀਆਂ ਮਸ਼ੀਨਾਂ ਤੇ ਇਥੋਂ ਮੀਆਂਵਾਲੀ ਜਾਂਦੀਆਂ, ਤੁਹਾਨੂੰ ਕੀ ਉਸ ਇਲਾਕੇ 'ਚ ਕੰਮ ਘੱਟ ਜੀ? ਨਹੀਂ ਨਹੀਂ, ਕੰਮ ਹੈ, ਲੇਕਿਨ ਹਰ ਆਪਣੇ ਦੀ ਇਲਾਕੇ ਦੀ ਚਾਹੀਸ ਹੋਣੀ ਹੈ। ਉੱਥੇ ਜ਼ਿਆਦਾਤਰ ਕਣਕ ਹੋਣੀ ਹੈ। ਅੱਛਾ, ਕਣਕ ਗੰਦਮ ਦੀ ਕਾਸ਼ਤ ਕੀਤੀ ਜਾਣੀ ਹੈ, ਤੋਰੀ ਦੀ ਕਾਸ਼ਤ ਕੀਤੀ ਜਾਣੀ, ਜਿਸ ਨੂੰ ਅਸੀਂ ਕਨੋਲਾ ਦਿਆ। ਅੱਛਾ, ਕਨੋਲਾ ਆਉਂਦੇ ਜੀ? ਜੀ ਜੀ। ਅੱਛਾ, ਕੀ ਸਾਡਾ ਇਲਾਕਾ ਇਸ ਵੇਖਿਆ ਜੀ, ਮਾਸ਼ਾ ਅੱਲਾ ਕੰਮ ਠੀਕ ਹੈ ਇਸ ਇਲਾਕੇ 'ਚ, ਬੰਦੇ ਠੀਕ ਨੇ? ਬਿਲਕੁਲ, ਅਲਹਮਦੁਲਿਲਾ, ਅੱਛੇ ਲੋਕ ਹੈ। ਕਿੰਨਵਾਂ ਸੀਜ਼ਨ ਹੈ ਮਸ਼ੀਨ ਨੂੰ ਜੀ? ਮਸ਼ੀਨ ਨੂੰ ਨਾ ਦੂਸਰਾ ਸੀਜ਼ਨ, ਇੱਕ ਕਣਕ 'ਤੇ ਚੱਲੀ ਹੈ ਅਤੇ ਦੂਸਰਾ ਨਾ ਚਾਵਲ ਆਉਂਦੇ। ਦੋਸਤੋ, 84 ਮਾਡਲ ਨਵੇਂ ਰੰਗ 'ਚ ਮਸ਼ੀਨ ਹੈ, ਫੀਐਟ ਇੰਜਣ ਹੈ, ਕਟਰ ਨਾਲ ਲੰਮੀ ਚੋਲੀ ਦਾ ਖੁਦ ਲੈ ਕੇ ਪਾਇਆ। ਕਟਰ ਕਿੰਨਾ ਦਾ ਮਿਲਿਆ ਜੀ? 5.5 ਲੱਖ ਰੁਪਏ। ਰੀਕੰਡੀਸ਼ਨ ਜੀ? ਰੀਕੰਡੀਸ਼ਨ, ਹਾਂਜੀ ਦੋਸਤੋ, 5.5 ਲੱਖ ਰੁਪਏ ਦਾ ਰੀਕੰਡੀਸ਼ਨ ਕਟਰ, ਉਹ ਵੀ ਤੁਹਾਨੂੰ ਖਾਨੇ ਸਾਹ ਜੀ। ਤੁਹਾਡਾ ਇਲਾਕਾ ਕਿਹੜਾ ਜੀ? ਸਾਡਾ ਪਿੰਡੀ ਪੱਟੀਆਂ। ਪਿੰਡੀ ਪੱਟੀਆਂ ਦਾ ਕਿਹੜਾ ਪਿੰਡ ਜੀ? ਖੁਰਾ ਮੰਜਰਾ। ਅੱਛਾ, ਖੁਰਾ ਮੰਜਰਾ। ਅੱਛਾ, ਕਿੰਨੇ ਸਾਲ ਦੇਰ ਤੋਂ ਕਿਰਾਈ ਕਾ ਆਪਣਾ ਮਸ਼ੀਨਾਂ ਦਾ ਕੰਮ ਕਰ ਰਹੇ ਜੀ? 10-11 ਸਾਲ ਹੋ ਗਏ। ਅੱਛਾ ਜੀ, ਚਲੋ, ਅੱਲਾ ਖੈਰ ਕਰੇ, ਕੰਮ ਨੇਕ ਨੀਅਤ ਨਾਲ ਕਰੋ, ਅੱਲਾ ਰੋਜ਼ੀ ਦਿੰਦਾ। ਦੋਸਤੋ, ਮਸ਼ੀਨ ਦਾ ਰਿਵਿਊ ਕੀਤਾ, ਤੁਹਾਨੂੰ ਦੱਸਿਆ ਭਾਈ ਯਾਰੀ ਮੀਆਂਵਾਲੀ ਤੋਂ ਆਇਆ, ਮੈਨੂੰ ਹੁਣ ਪਤਾ ਲੱਗਿਆ। ਬੜੀ ਖੁਸ਼ੀ ਹੋਈ ਹੈ, ਦੂਰੋਂ ਆਏ ਭਰਾ ਸਾਡੇ। ਸਾਡੇ ਵਾਸਤੇ ਕੋਈ ਕਿਸੇ ਕਿਸਮ ਦਾ ਮਸਲਾ ਹੋਵੇ ਜਨਾਬ, ਅਸੀਂ ਹਾਜ਼ਰ ਹਾਂ। ਮੇਰਾ ਗਾਉਂ ਚਿੱਟਾ ਬੱਟਾ, ਮੇਰਾ ਨਾਂ ਖਿਦਰ ਆਜ਼ਾਦ ਖਾਨ ਹੈ। ਅੱਛਾ ਜੀ, ਤੇ ਤੁਸੀਂ ਕਿੰਨੀ ਦੇਰ ਤੋਂ ਮਸ਼ੀਨਾਂ ਦੁਨੀਆ 'ਚ ਕੰਮ ਕਰ ਰਹੇ ਜੀ ਕਿ ਨਵੀਂ ਲਈ ਹੈ ਜੀ? ਨਹੀਂ, ਮਸ਼ੀਨ ਇਸ ਦਫ਼ਾ ਨਵੀਂ ਲਈ ਹੈ। ਪਹਿਲੇ ਕੰਮ ਮਸ਼ੀਨਾਂ ਦਾ ਕੀਤਾ ਜੀ? ਪਹਿਲੇ ਵੀ ਕੀਤਾ। ਪਹਿਲੇ ਕੀਤਾ? 6 ਸਾਲ ਪਹਿਲੇ ਵੀ ਕੀਤਾ। ਅੱਛਾ, ਉਹ ਪਹਿਲੇ ਛੋਟੀ ਮਸ਼ੀਨ ਹੋਣੀ ਤੁਹਾਡੇ ਕੋਲ? ਨਹੀਂ ਨਹੀਂ, 80-70 ਹੈ ਮੇਰੀ। 80-70 ਹੀ? ਜੀ ਜੀ। ਫਿਰ ਵੀ 80-70 ਲਈ, ਅਗਲੀ ਵੇਚਤੀ ਹੈ ਜੀ? ਜੀ ਜੀ, ਵੇਚ ਚੁੱਕੀ। ਤੇ ਕਿਹਦਾ ਸੀਜ਼ਨ ਰਿਹਾ ਹੈ? ਸਹੀ ਰਿਹਾ, ਅਲਹਮਦੁਲਿਲਾ, ਸ਼ੁਕਰ ਹੈ। ਹਾਂਜੀ ਦੋਸਤੋ, ਮੁਕੰਮਲ ਮਸ਼ੀਨ ਦਾ ਥੋੜ੍ਹਾ ਰਿਵਿਊ ਕਰਾ ਦਿੰਦੇ ਹਾਂ, ਮਸ਼ੀਨ ਕਿਹੜਾ ਮਾਡਲ, ਕਿਹੜਾ ਨਹੀਂ। ਸਾਡੇ ਨਾਲ ਨਾ ਰਹੋ, ਆਖਰੀ ਜੁਮਲੇ ਦੇ ਨਾਲ ਵਸਦੇ ਰਹੋ ਸੱਜਣੋ, ਇਜਾਜ਼ਤ ਚਾਹੁੰਦੇ ਹਾਂ, ਮਿਹਰਬਾਨੀ ਭਰਾਵਾਂ ਸੱਜਣਾ ਵੀਰਾਂ ਦੀ। ਹਾਂਜੀ ਦੋਸਤੋ, ਇਹ ਮਸ਼ੀਨ ਹੈ, 84 ਮਾਡਲ ਹੈ ਮਾਸ਼ਾਅੱਲਾ, ਆਪਣੇ ਟਾਇਰਾਂ 'ਚ 26 ਦੇ ਟਾਇਰ ਨੇ, ਰੰਗ ਵੀ ਮਸ਼ੀਨ ਦਾ ਸੋਹਣਾ ਜੀ ਮਾਸ਼ਾਅੱਲਾ, ਅਤੇ ਗਲੀ ਗੁਲੀ ਬਿਲਕੁਲ ਕੋਈ, ਅੱਛੀ ਮਸ਼ੀਨ ਹੈ, ਮਾੜੀ ਮਸ਼ੀਨ ਨਹੀਂ। ਅਤੇ ਤੂੰ ਸਾਫ਼ ਹੋਵੇ ਦੀ ਬੁਲਬੁਲ ਦਾ ਬੱਚਾ ਹੈ, ਜਰਮਨ ਹਾਲ ਦੇ ਵਿੱਚ ਮਸ਼ੀਨ ਹੈ। ਅਤੇ ਹੁਣ ਮੇਰੇ ਨਵੇਂ ਭਰਾ ਮਸ਼ੀਨਾਂ ਲੈਣ ਵਾਲੇ ਤਾਂ ਇਸ ਗੱਲ ਨੂੰ ਗੌਰ ਕਰਿਓ ਕਿ ਫੀਐਟ ਟਰਬੋ ਹੋਈ ਜਾਣ ਤੋਂ ਦੂਰ ਰਹੋ। ਜਿੰਨਾ ਕੁ ਡੀਜ਼ਲ ਮਹਿੰਗਾ ਹੋ ਚੁੱਕਿਆ, ਜਿਹੜਾ ਬੰਦਾ ਫੀਐਟ ਟਰਬੋ ਇਸਤੇਮਾਲ ਕਰੇ ਦੱਸਤਾ ਜੀ, ਉਹ ਰਾਤ ਫਾਇਦਾ ਕੋਈ ਨਾ ਜੀ। ਉਹ ਜਿੰਨੀ ਕੁ ਕਟਾਈ ਦੇ ਪੈਸੇ ਬਚਣੇ ਨੇ, 1500-1700 ਰੁਪਈਆ ਕਿੱਲਾ ਇਸ ਟਾਈਮ ਕਟਾਈ ਦਾ ਰੇਟ ਬਚ ਰਿਹਾ। ਅਗਰ ਉਹ ਹੋਇਆ ਤਾਂ ਤੁਹਾਡਾ ਸ਼ਾਮ ਨੂੰ ਡੀਜ਼ਲ ਹੀ ਉਹਨਾਂ ਪੂਰਾ ਹੋ ਜਾਏਗਾ। ਇਹ ਲੰਮੀ ਝੋਲੀ ਦਾ ਕੱਟਰ ਜੇ 5.5 ਲੱਖ 'ਚ ਭਾਰ ਨੂੰ ਬਿਲਕੁਲ ਜਰਮਨ ਕੱਟਰ ਬਹੁਤ ਅੱਛਾ ਮਿਲ ਗਿਆ। ਕੋਸ਼ਿਸ਼ 'ਚ ਹਰ ਮੇਰਾ ਭਰਾ ਕਰਦਾ ਕਿ ਲੰਮੀ ਝੋਲੀ ਦਾ ਕੱਟਰ ਲਿਆ ਜਾਵੇ, ਬਾਕੀ ਲੰਮੀ ਝੋਲੀ ਦਾ ਕੱਟਰ ਲੱਭਦਾ ਕੋਈ ਨਹੀਂ ਅਤੇ ਨਾ ਹੀ ਕਿਸੇ ਨੂੰ ਲੈਣ ਦੀ ਅੱਗੋਂ ਜ਼ਰੂਰਤ ਹੈ। ਕਿਉਂਕਿ ਜਿੰਨਾ ਕੰਮ ਲੰਮੀ ਝੋਲੀ ਵਾਲਾ ਮਸ਼ੀਨ ਦਾ ਕੱਟਰ ਕਰ ਰਿਹਾ ਨਾ ਜੀ, 5.5-7 ਲੱਖ ਭਰਨ ਦੀ ਲੋੜ ਕੋਈ ਨਹੀਂ ਕਿਸੇ ਭਰਾ ਦਾ ਵੀ। ਜਰਮਨ ਕੱਟਰ 13 ਫੁੱਟ ਅੱਗ ਰੌਲਾ ਜਰਮਨ ਹੋਵੇ, ਲੰਮੀ ਝੋਲੀ ਤੋਂ ਵੱਧ ਕੰਮ ਨਾ ਕਰੇ, ਇਸ ਗੱਲ ਦੀ ਸਾਡੀ ਗਰੰਟੀ ਹੈ ਕਿ ਜਿੰਨਾ ਲੰਮੀ ਝੋਲੀ ਵਾਲਾ ਕੰਮ ਕਰੇਗਾ ਇਨਸ਼ਾਅੱਲਾ ਉਹ ਹੀ ਕੰਮ ਕੱਟਰ ਇਹ ਵੀ ਕਰੇਗਾ। ਦੁਆਵਾਂ ਸਾਨੂੰ ਯਾਦ ਜ਼ਰੂਰ ਕਰਿਓ, ਆਖਰੀ ਜੁਮਲੇ ਨਾਲ ਵਸਦੇ ਰਹੋ ਸੱਜਣੋ।